ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਪਲਾਹ ਸਾਹਿਬ ਵਿਖੇ ਲਗਾਈ ਗਈ ਛਬੀ। ਟ੍ਰੈਫਿਕ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦਿਆਂ ਕੱਟੇ ਗਏ ਚਲਾਨ। ਗੋਲਡਨ ਗੇਟ ਦੀ ਹਾਲਤ ਰੱਖ ਰਖਾਵ ਨਾ ਹੋਣ ਕਾਰਨ ਹੋ ਰਹੀ ਵੱਧ ਤੋਂ ਬਦਤਰ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਪਲਾਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ। ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਗੁਰਪੁਰਬ ਆ, ਜਿਸ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਹਾੜਾ ਮਨਾ ਰਹੇ ਹਾਂ ਔਰ ਨਾਲ ਦੇ ਨਾਲ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈਆਂ ਸਾਨੂੰ ਸਿੱਖਿਆਵਾਂ ਉਹਨਾਂ 'ਤੇ ਵੀ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਅਮਲ ਕਰ ਸਕੀਏ, ਕਿਉਂਕਿ ਮੇਰੇ ਪਾਤਸ਼ਾਹ ਇੰਨੇ ਤਸੀਹੇ ਅਕਹਿ ਅਤੇ ਕਸ਼ਟ ਸਹਾਰਦੇ ਹੋਏ ਵੀ ਬਿਲਕੁਲ ਸੀਤਲ ਰਹੇ, ਠੰਡੇ ਰਹੇ। ਅੱਜ ਕੱਲ੍ਹ ਦੇਖੋ ਨਿੱਕੀ ਜਿਹੀ ਗੱਲ ਤੋਂ ਕਿੰਨਾ ਜ਼ਿਆਦਾ ਭੜਕ ਜਾਂਦਾ ਇਨਸਾਨ, ਇੱਕਦਮ ਆਪੇ ਤੋਂ ਬਾਹਰ ਹੋ ਜਾਂਦਾ ਹੈ। ਪਰ ਮੇਰੇ ਪਾਤਸ਼ਾਹ ਨੂੰ ਦੇਖ ਲਓ ਕਿੰਨੇ ਤਗੜੇ, ਇਹੋ ਜਿਹੇ ਇੱਕ ਦੇ ਇਤਿਹਾਸ ਜ਼ਿਕਰ ਨਹੀਂ ਮਿਲਦਾ ਵੀ ਕਿਸੇ ਨੂੰ ਇੰਨੇ ਤਸੀਹੇ ਵੀ ਦਿੱਤੇ ਹੋਣ, ਤਾਂ ਵੀ ਮੇਰੇ ਪਾਤਸ਼ਾਹ ਕਹਿੰਦੇ ਤੇਰਾ ਭਾਣਾ ਮਿੱਠਾ ਲਾਗੇ, ਫਿਰ ਵੀ ਭਾਣੇ ਨੂੰ ਮਿੱਠਾ ਕਰਕੇ ਮੇਰੇ ਪਾਤਸ਼ਾਹ ਨੇ ਮੰਨਿਆ। ਸੋ ਉਹਨਾਂ ਦਾ ਇਹ ਜੋ ਦਿਨ ਮਨਾਇਆ ਜਾ ਰਿਹਾ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਜੀ ਵਿਖੇ, ਔਰ ਇਹ ਤਕਰੀਬਨ ਪਿਛਲੀ 29 ਤਰੀਕ ਤੋਂ ਲੈ ਕੇ ਅੱਜ ਸਮਝ ਲਓ 10 ਤਰੀਕ ਤੱਕ 12-14 ਦਿਨ ਨਿਰੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਲੰਗਰਾਂ ਦੇ ਛਬੀਲ ਦੇ ਪ੍ਰਬੰਧ ਕੀਤੇ ਗਏ। ਗੁਰਦੁਆਰਾ ਪਲਾਹ ਸਾਹਿਬ ਅੰਮ੍ਰਿਤਸਰ ਵਿੱਚ ਅਸੀਂ ਆਏ ਹਾਂ ਔਰ ਸਵੇਰ ਤੋਂ ਇੱਥੇ ਬਹੁਤ ਅੱਛੇ ਪ੍ਰੋਗਰਾਮ ਚੱਲ ਰਹੇ ਆ, ਅਸੀਂ ਦਰਸ਼ਨ ਦਿਆ ਕਰਨ ਵਾਸਤੇ ਇੱਥੇ ਆਏ ਹਾਂ। ਸੰਗਤਾਂ ਦਾ ਬਹੁਤ ਇੱਥੇ ਹਜੂਮ ਲੱਗਿਆ ਔਰ ਲੋਕਾਂ ਦੀ ਸ਼ਰਧਾ ਭਾਵਨਾ ਦੇਖ ਕੇ ਬੜਾ ਦਿਲ ਗਦਗਦ ਹੋ ਰਿਹਾ, ਬੜੀ ਖੁਸ਼ੀ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਨੇ ਜੋ ਸਾਨੂੰ ਸਿੱਖੀ ਦਾ ਸਬਕ ਸਿਖਾਇਆ ਉਸ ਨੂੰ ਦੇਖਦੇ ਹੋਏ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ, ਉਹਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਹੈ ਔਰ ਸੰਗਤਾਂ ਦਾ ਸਮੂਹ ਇੱਥੇ ਤੁਸੀਂ ਦੇਖੋ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਆ ਇੱਥੇ ਔਰ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਆਣ ਕੇ ਨਤਮਸਤਕ ਹੁੰਦੇ ਆ ਔਰ ਆਪਣੀਆਂ ਇੱਛਾ ਮੁਰਾਦਾਂ ਪੂਰੀਆਂ ਕਰਦੇ ਆ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਪਲਾਹ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਰਕੇਸ਼ ਵਾਰ। ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਹੁੱਲੜਬਾਜ਼ੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਵੀ ਲਗਾਤਾਰ ਕੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਭੰਡਾਰੀ ਪੁਲ ਵਿਖੇ ਮੁਸਤੈਦੀ ਵਿਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਤ ਅਤੇ ਬੁਲਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ। ਥਾਂ ਥਾਂ ਨਾਕੇ ਲਾਏ ਜਾਂਦੇ ਆ, ਨਾਕੇ ਲਾ ਕੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਵਾ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ, ਆਪਣੇ ਠੀਕ ਰਹੋ, ਅੱਗੇ ਆਸੇ ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ, ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ।
ਇਹਦਾ ਕਰਕੇ ਆ ਜ਼ਿਆਦਾਤਰ ਚਲਾਉਣ ਦਾ ਨਹੀਂ ਕੋਈ ਮਕਸਦ ਹੈਗਾ, ਬਸ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ। ਸਾਡੀ ਇਹ ਬੇਨਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਨਾ ਤੁਸੀਂ ਠੀਕ ਰਹੋਗੇ, ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਨਾ ਤੁਸੀਂ ਬਜਟ ਤੋਂ ਬਚੋਗੇ, ਨੁਕਸਾਨ ਤੋਂ ਬਚੋਗੇ, ਆਪਣੇ ਕੋਈ ਜਿਸਮਾਨੀ ਨੁਕਸਾਨ ਤੋਂ ਬਚੋਗੇ। ਇਸ ਕਰਕੇ ਸਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ, ਪ੍ਰੋਪਰ ਆਪਣੇ ਨਿਯਮਾਂ ਦੀ ਫਾਲੋ ਕਰਦੇ ਹੋਏ ਆਪਣੇ ਸਕੂਟਰ ਮੋਟਰਸਾਈਕਲ ਚਲਾਓ। ਤੁਹਾਡੇ ਲਾਗੇ ਆਰ ਪਾਰ ਕੋਈ ਚੀਜ਼ ਪਈ ਆ, ਵਸਤੂ ਆ ਜਿਹਨੂੰ ਕੋਈ ਅਨਨਾਉਣ ਹੈ, ਤਾਂ ਉਹਦੇ ਸੰਬੰਧੀ ਪੁਲਿਸ ਨੂੰ ਸੂਚਿਤ ਕਰੋ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੈਦੀ ਦਿਖਾਈ ਜਾ ਰਹੀ ਹੈ, ਸ਼ਹਿਰ ਦੇ ਚੌਂਕਾਂ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ, ਉੱਥੇ ਹੀ ਟ੍ਰਿਪਲ ਲੈਡਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ, ਅਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਸਤੂ ਕੋਈ ਨਜ਼ਰ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ, ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਨਾਂ ਤੋਂ ਬਚ ਸਕਦੇ ਹੋ। ਅਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ, ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਾਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲ ਅਤੇ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਵੇ ਨਿਊਜ਼, ਅੰਮ੍ਰਿਤਸਰ। ਅੰਮ੍ਰਿਤਸਰ ਦਾ ਸਵਾਗਤੀ ਗੇਟ ਜਿਸ ਨੂੰ ਅਸੀਂ ਗੋਲਡਨ ਗੇਟ ਆਖਦੇ ਹਾਂ, ਗੋਲਡਨ ਗੇਟ ਦਾ ਨਿਰਮਾਣ ਸਾਲ 2016 ਵਿੱਚ ਅਕਾਲੀ ਭਾਜਪਾ ਸਰਕਾਰ ਦੌਰਾਨ ਕੀਤਾ ਗਿਆ। ਇਸ ਦਾ ਉਦਘਾਟਨ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ, ਪਰ ਅੱਜ ਗੋਲਡਨ ਗੇਟ ਦੇ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ। ਕਾਰਨ ਇਸ ਦਾ ਰੱਖ ਰਖਾਵ, ਜਿਸ ਵੱਲ ਸੰਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ। ਲੋਹੇ ਨੂੰ ਜੰਗਾਲ ਲੱਗ ਰਿਹਾ ਅਤੇ ਪਿੱਲਰਾਂ ਦੀ ਨਾਨਕਸ਼ਾਹੀ ਇੱਟ ਟੁੱਟਦੀ ਜਾ ਰਹੀ ਹੈ। ਪੰਛੀਆਂ ਨੇ ਆਪਣੇ ਆਲਣੇ ਬਣਾਏ ਹੋਏ ਹਨ ਅਤੇ ਜਗ੍ਹਾ ਜਗ੍ਹਾ 'ਤੇ ਪੌਦੇ ਉੱਗ ਰਹੇ ਹਨ। ਅੰਮ੍ਰਿਤਸਰ ਵਿੱਚ ਹਰ ਰੋਜ਼ ਲੱਖਾਂ ਯਾਤਰੀ ਆਉਂਦੇ ਹਨ ਅਤੇ ਉਹ ਕੀ ਸੰਦੇਸ਼ ਲੈ ਕੇ ਜਾਂਦੇ ਹੋਣਗੇ? ਸੋ ਸੰਬੰਧਿਤ ਵਿਭਾਗ ਇਸ ਵੱਲ ਜ਼ਰੂਰ ਧਿਆਨ ਦੇਵੇ, ਕਿਉਂਕਿ ਅੰਮ੍ਰਿਤਸਰ ਦੀ ਸ਼ਾਨ ਅਤੇ ਪਹਿਚਾਣ ਹੈ ਗੋਲਡਨ ਗੇਟ। ਜਿੱਦਾਂ ਦੇ ਹਾਲਾਤ ਤੁਹਾਡੇ ਸਾਹਮਣੇ ਹੈਗੇ, ਜਿੱਦਾਂ ਪੇੜ ਪੌਦੇ ਵੇਖੋ ਉੱਗੇ ਹੋਏ, ਵਿੱਚ ਕੋਈ ਸਾਫ਼ ਸਫਾਈ ਨਹੀਂ ਹੈਗੀ। ਚਲੋ ਲੋਕਾਂ ਦਾ ਪੈਸਾ ਲੱਗਾ ਹੋਇਆ ਮੰਨਿਆ ਸਾਰਿਆਂ ਦਾ, ਹੈ ਨਾ, ਇਕੱਠਾ ਕਰਕੇ ਪੈਸਾ ਲੱਗਾ, ਇਹਦੀ ਸੇਫ ਸਾਫ਼ ਸਫਾਈ ਵੀ ਹੋਣੀ ਚਾਹੀਦੀ, ਜ਼ਰੂਰੀ ਨਹੀਂ ਕਹਿਣਾ। ਅਸੀਂ ਚਾਹੁੰਦੇ ਕਿ ਜੇਕਰ ਬਣਵਾਇਆ ਤਾਂ ਇਹਦੇ ਵਾਸਤੇ ਇਹਦੀ ਸੁਰੱਖਿਆ ਵਾਸਤੇ, ਇਹਦੀ ਸੁੰਦਰਤਾ ਵਾਸਤੇ ਇਹਦੀ ਕੋਈ ਰਾਖੀ ਕਰਨ ਵਾਲਾ ਵੀ ਤਾਂ ਹੋਣਾ ਚਾਹੀਦਾ ਨਾ। ਬਾਕੀ ਉੱਦਾਂ ਚਲੋ ਸ਼ਾਨ ਹੈਗੀ, ਅੰਮ੍ਰਿਤਸਰ ਦੀ ਸ਼ਾਨ ਹੈ, ਗੋਲਡਨ ਗੇਟ ਬਹੁਤ ਵਧੀਆ ਮੰਨਿਆ ਜਾਂਦਾ ਕਿ ਇਹਨੂੰ ਵੀ, ਜਦੋਂ ਕੋਈ ਬਾਹਰੋਂ ਆਉਂਦਾ ਤਾਂ ਪਹਿਲਾਂ ਐਂਟਰ ਕਰਦਾ ਹੈ ਅਤੇ ਗੋਲਡਨ ਗੇਟ ਦੇ ਨਾਮ 'ਤੇ ਜਾਣਿਆ ਜਾਂਦਾ ਇਹਨੂੰ, ਮਤਲਬ ਕਿ ਗੋਲਡਨ ਗੇਟ 'ਤੇ ਐਂਟਰੈਂਸ ਆ। ਨਹੀਂ ਯਾਤਰੀ ਤਾਂ ਕਾਫੀ ਆਉਂਦੇ ਨੇ, ਉਹ ਵੇਖਦੇ ਨੇ ਚੀਜ਼ ਤਾਂ ਬਣੀ, ਬਸ ਵੇਖਣ ਵਾਲੇ ਨੇ ਉਹ ਵੀ ਕਹਿਣਾ ਵਾ ਕਿ ਚਲੋ ਠੀਕ ਬਣੀ ਚੀਜ਼, ਪਰ ਇਹਦੀ ਵੀ ਸੁਰੱਖਿਆ ਮਤਲਬ ਕਿ ਕੋਈ ਸਾਫ਼ ਸਫਾਈ ਕਰਨ ਵਾਲਾ ਹੋਣਾ ਚਾਹੀਦਾ ਹੈ। ਜੀ ਮੈਂ ਇਹਾਂ ਲਗਾਤਾ ਹੂੰ ਪੰਚ ਵਾਲੇ ਕੀ ਰੇਹੜੀ ਹੱਥ ਸਾਈਕਲ ਲਗਾਤਾ ਹੂੰ ਆਪਣੀ, ਜੋ ਮੇਰੇ ਪਾਸ ਗਾਹਕ ਲੋਕ ਆਤੇ ਹੈ ਬੋਲਤੇ ਹੈ ਕਿ ਬਹੁਤ ਗੰਦਾ ਹੋ ਰੱਖਾ ਹੈ, ਪੱਖਿਆਂ ਨਾ ਘਰ ਬਣਾ ਰੱਖਾ ਹੈ ਆਪਣਾ, ਔਰ ਇਸ ਪਰ ਪੈਂਟ ਵੀ ਮੰਨ ਲਓ ਜੰਗਾਲ 'ਚ ਆਈ ਪੜੀ ਹੈ, ਇਸ ਪਰ ਗੋਲਡਨ ਗੇਟ 'ਤੇ ਜੰਗਾਲ ਵੀ ਹੈ ਆਊ ਹੀ, ਔਰ ਪੈਂਟ ਵੀ ਹੋਣੇ ਵਾਲਾ ਹੈ ਇਸਕਾ। ਔਰ ਜੀ ਮੇਰੀ ਰੇਹੜੀ ਲੱਗੀ ਹੈ ਇੱਧਰ, ਸਾਈਕਲ ਲੱਗੀ ਹੈ, ਯਹਾਂ ਜੋ ਆਤੇ ਹੈ ਖਾਣੇ ਕੇ ਲੀਏ ਤਾਂ ਬੋਲਤੇ ਹੈ ਸਭ ਕਿਆ ਕਿਤਨਾ ਗੰਦਾ ਹੋ ਰੱਖਾ ਹੈ, ਜੋ ਬਾਹਰ ਕੇ ਲੋਕ ਆਤੇ ਹੈ ਯੂਪੀ ਬਿਹਾਰ ਕੇ ਔਰ ਕਹੀਂ ਕੇ ਵੀ ਆਤੇ ਹੈ ਤਾਂ ਬੋਲਤੇ ਹੈ, ਤਾਂ ਮੈਂ ਕਹਿਤਾ ਹੂੰ ਇਹ ਤਾਂ ਐਂਟਰੀ ਗੇਟ ਹੈ ਅੰਮ੍ਰਿਤਸਰ ਕਾ ਆਪਣਾ, ਜੋ ਜਾਤੇ ਹੈ ਐਂਟਰੀ ਗੇਟ, ਅਗਰ ਜਿਸਕੋ ਮੰਨ ਲਓ ਇਸਕੀ ਸਫਾਈ ਵੀ ਹੋਣੀ ਚਾਹੀਏ, ਔਰ ਧੋਤੇ ਵੀ ਇਸਕੋ ਮਗਰ ਅਭੀ ਸਫਾਈ ਨਹੀਂ ਹੋਈ ਇਸਕੀ। ਹਾਂ ਪੇੜ ਪੌਦੇ ਵੀ ਜੋ ਪੀਪਲ ਹੋਤਾ ਹੈ ਵੋ ਉਗ ਰਹਾ ਹੈ, ਵੋ ਵੀ ਪੇੜ ਪੌਦੇ ਜੋ ਉਗ ਰਹੇ ਇਸ ਪੇ, ਜੋ ਪੱਖੀ ਕਰਕੇ ਉਗ ਰਹੇ ਨਾ, ਵੋ ਜੋ ਪੱਖੀ ਬੀਟ ਕਰ ਦੇਤੇ ਹੈ ਤਾਂ ਉਸੀ ਬੀਜ ਸੇ ਨਿਕਲ ਆਤਾ ਹੈ ਵੋ। ਸੰਦੇਸ਼ ਕਿਆ ਬਸ ਯਹੀ, ਅਗਰ ਸਾਫ਼ ਸਫਾਈ ਹੋ ਜਾਏ ਥੋੜ੍ਹੀ ਸੀ ਇਸਕੀ ਤਾਂ ਸਹੀ ਲੱਗੇਗਾ, ਔਰ ਪੈਂਟ ਪੁੰਟ ਹੋ ਜਾਏ ਤਾਂ ਉਹ ਅੱਛਾ ਲੱਗੇਗਾ, ਫਿਰ ਦਿਖਣੇ ਮੈਂ ਅੱਛਾ ਲੱਗਿਆ, ਦੂਰ ਤੋਂ ਅੱਛਾ ਲੱਗਿਆ, ਫਿਰ ਦਿਖਣੇ ਮੈਂ ਵੀ। ਕਹਿੰਦੇ ਕਿ ਘਰ ਦੇ ਭਾਗ ਡਿਉੜੀ ਤੋਂ ਹੀ ਪਤਾ ਲੱਗ ਜਾਂਦੇ ਨੇ, ਅਤੇ ਇਸ ਵਕਤ ਅਸੀਂ ਅੰਮ੍ਰਿਤਸਰ ਦੀ ਡਿਉੜੀ 'ਤੇ ਮੌਜੂਦ ਹਾਂ, ਯਾਨੀ ਅੰਮ੍ਰਿਤਸਰ ਦੇ ਐਂਟਰੈਂਸ 'ਤੇ। ਗੋਲਡਨ ਗੇਟ ਅੰਮ੍ਰਿਤਸਰ ਦੀ ਸ਼ਾਨ ਅਤੇ ਅੰਮ੍ਰਿਤਸਰ ਦੀ ਪਹਿਚਾਣ। ਗੋਲਡਨ ਗੇਟ ਦਾ
ਜਿਹੜਾ ਨਿਰਮਾਣ ਹੈ ਉਹ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਸੀ। ਸੋ ਰੱਖ ਰਖਾਵ ਦੀ ਗੱਲ ਕਰੀਏ ਤਾਂ ਬਹੁਤ ਹੀ ਮਾੜੇ ਹਾਲਾਤ ਨੇ। ਨਾਨਕਸ਼ਾਹੀ ਇੱਟ ਲਗਾਈ ਗਈ ਹੈ ਤਾਂ ਉਹ ਭੁਰਦੀ ਜਾ ਰਹੀ ਹੈ, ਪੰਛੀਆਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਲੋਹੇ ਦੀ ਗੱਲ ਕਰੀਏ ਤਾਂ ਜੰਗਾਲ ਲੱਗਾ ਹੋਇਆ ਹੈ, ਧੂੜ ਮਿੱਟੀ ਪੈ ਰਹੀ ਹੈ, ਸੰਬੰਧਿਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸੋ ਜੇਕਰ ਜਨਤਾ ਦੇ ਪੈਸੇ ਖਰਚ ਕੀਤੇ ਗਏ ਨੇ ਤਾਂ ਇਸ ਦਾ ਰੱਖ ਰਖਾਵ ਵੀ ਹੋਣਾ ਚਾਹੀਦਾ ਹੈ। ਸੋ ਉਮੀਦ ਕਰਦੇ ਹਾਂ ਕਿ ਇਸ ਖਬਰ ਤੋਂ ਬਾਅਦ ਸੰਬੰਧਿਤ ਵਿਭਾਗ ਇਸ ਵੱਲ ਜ਼ਰੂਰ ਧਿਆਨ ਦੇਵੇਗਾ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ, ਫਾਸਟਵੇ ਨਿਊਜ਼, ਅੰਮ੍ਰਿਤਸਰ। ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੰਮ੍ਰਿਤਸਰ ਵਿਖੇ 11ਵਾਂ ਸਮਰ ਆਰਟ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਜੂਨ ਤੋਂ 30 ਜੂਨ 2024 ਤੱਕ ਚੱਲੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾਕਟਰ PS ਗਰੋਵਰ ਨੇ ਦੱਸਿਆ ਕਿ ਇਸ ਫੈਸਟੀਵਲ ਦੀ ਲੜੀ ਵਿੱਚ ਪੋਰਟਰੇਟ ਡੈਮੋ ਅਤੇ ਐਗਜ਼ੀਬਿਸ਼ਨ ਆਫ ਕੈਲੀਗ੍ਰਾਫੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ। ਆਰਟ ਗੈਲਰੀ ਦੇ ਮੈਂਬਰਾਂ ਨੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਜੀਵਨ ਵਿੱਚ ਅੱਗੇ ਵਧਣ ਦੀਆਂ ਪ੍ਰੇਰਨਾਵਾਂ ਦਿੱਤੀਆਂ। 2012 ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਸਾਲ ਸਮਰ ਕੈਂਪ ਲਗਾਉਂਦੇ ਹਾਂ, ਜਿਹੜਾ ਕਿ ਕਰੀਬ 5 ਹਫ਼ਤੇ ਚੱਲਦਾ ਹੈ, ਔਰ ਇਹ ਅੰਮ੍ਰਿਤਸਰ ਦੇ ਬੱਚਿਆਂ ਨੂੰ ਬਹੁਤ ਵੱਡਾ ਫਾਇਦਾ ਮਿਲਦਾ ਹੈ। ਹਰ ਕਿਸਮ ਦੀ ਆਰਟ ਦੇ ਉੱਪਰ ਹਰ ਸੈਟਰਡੇ ਔਰ ਸੰਡੇ 2 ਦਿਨ ਅਸੀਂ ਲਗਾਤਾਰ ਸਮਰ ਕੈਂਪ ਦੇ ਵਿੱਚ ਕੰਮ ਕਰਦੇ ਹਾਂ। ਅੱਜ ਦਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਦੇ ਵਿੱਚ ਜਿਹੜੇ ਸਾਡੇ ਪੋਰਟਰੇਟ ਦੇ ਬਹੁਤ ਫੇਮਸ ਸਾਡੇ ਆਰਟਿਸਟ ਵੀ ਨੇ, ਮੈਂਬਰ ਵੀ ਨੇ, ਸਰ ਕੁਲਵੰਤ ਸਿੰਘ ਗਿੱਲ, ਉਹਨਾਂ ਨੇ ਇੱਕ ਬੱਚੇ ਦੀ ਸਾਹਮਣੇ ਬੈਠ ਕੇ, ਬੜਾ ਇਨੋਸੈਂਟ ਬੱਚਾ, ਉਹਦੀ ਸਾਹਮਣੇ ਬੈਠ ਕੇ ਉਹਦਾ ਪੋਰਟਰੇਟ ਬਣਾਇਆ। ਬਟ ਸਮੇਂ ਦੇ ਹਿਸਾਬ ਨਾਲ ਟੈਕਨੋਲੋਜੀ ਨੇ ਇਸ ਚੀਜ਼ ਨੂੰ ਅਲੋਪ ਕਰ ਦਿੱਤਾ, ਕਲਮਾਂ ਵੀ ਖਤਮ ਕਰ ਦਿੱਤੀਆਂ। ਪਹਿਲਾਂ ਅਸੀਂ ਬਚਪਨ 'ਚ ਕਲਮਾਂ ਨਾਲ ਲਿਖਾਈ ਕਰਦੇ ਸੀ ਅਤੇ ਹੈਂਡ ਰਾਈਟਿੰਗ ਬਹੁਤ ਸੋਹਣੀ ਹੁੰਦੀ ਸੀ, ਅਤੇ ਇਸ ਚੀਜ਼ ਨੂੰ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ, ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ। ਅੰਮ੍ਰਿਤਸਰ PO ਸਟਾਫ ਨੂੰ ਵੱਡੀ ਕਾਮਯਾਬੀ ਮਿਲੀ। PO ਸਟਾਫ ਦੇ ਇੰਚਾਰਜ ਹਰੀਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ PO ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਜਿਸ PO ਨੂੰ ਉਹਨਾਂ ਗ੍ਰਿਫਤਾਰ ਕੀਤਾ ਉਸਦਾ ਨਾਮ ਰਣਜੋਤ ਸਿੰਘ ਜੋਧਾ ਹੈ, ਜਿਸ ਉੱਪਰ 3 ਮਾਮਲੇ ਦਰਜ ਹਨ। ਅਦਾਲਤ ਵੱਲੋਂ ਇੱਕ ਮਾਮਲੇ ਦੇ ਵਿੱਚ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਤਹਿਤ ਉਹਨਾਂ ਨੇ ਆਖਿਆ ਕਿ ਇਸਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੀ, ਮੈਂ ਅਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਮਾਨਯੋਗ ਕਮਿਸ਼ਨਰ ਸਾਹਿਬ ਅਤੇ DCP ਸਾਹਿਬ ਨੂੰ ਇਨਵੈਸਟੀਗੇਸ਼ਨ ਦੀਆਂ ਦਰਖਾਸਤਾਂ ਦੇ ਅਕੋਰਡਿੰਗ PO ਅਰੈਸਟ ਕਰਨ ਸੰਬੰਧੀ ਅੱਜ ਰੇਡ ਕੀਤਾ, ਜਿਹਦੇ ਵਿੱਚ ਅਸੀਂ ਰਣਜੋਤ ਸਿੰਘ ਇਲੀਸ ਜੋਧਾ ਸਾਨੂੰ, ਗੁਰਮੇਲ ਸਿੰਘ RO ਟੈਗੋਰ ਕਲੋਨੀ ਟੈਗੋਰ ਐਵਨਿਊ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ। ਇਹ ਬਾਲ ਅਦਾਲਤ ਸ਼੍ਰੀ ਪਰਮਿੰਦਰ ਕੌਰ ਅਡੀਸ਼ਨਲ CJMB ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 109 ਡੇਟਡ 12/6/18 ਅੰਡਰ ਸੈਕਸ਼ਨ 61(14) ਐਕਸਾਈਜ਼ ਐਕਟ ਥਾਣਾ ਸਦਰ ਵਿੱਚ ਮਿਤੀ 13/5/2024 ਦਾ PO ਹੋਇਆ। ਥਾਣਾ ਗੇਟ ਹਕੀਮਾ ਵੱਲੋਂ ਬਦਲਾ ਲੈਣ ਦੇ ਇਰਾਦੇ ਨਾਲ ਕਤਲ ਕਰਨ ਦੀ ਵੱਡੀ ਸਾਜਿਸ਼ ਨੂੰ ਟਾਲਦੇ ਹੋਏ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਪਾਸੋਂ 1 ਪਿਸਤੌਲ, 32 ਬੋਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ
ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300833 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਕੰਪਨੀ ਬਾਗ ਵਿਖੇ ਲਗਾਏ ਗਏ ਫੁਵਾਰੇ ਬਣ ਰਹੇ ਦਿੱਖ ਅਤੇ ਖਿੱਚ ਦਾ ਕੇਂਦਰ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ ₹5 से शुरू। Funland in your city, unlimited fun. Tujhe dekha hua pagal, pagal, pagal. Body, body, just a bottle, bottle, bottle. Passa chane ja, pan meri Yamaha. Let me hit the throttle. Let me make you move. Let me make you move. Come bad boy, baby, banda thoda crack. Yeah, jaan leva, is a mera swag. Yeah, let me make you move. Let me make you move. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਘੁੰਮਣ ਫਿਰਨ ਵਾਸਤੇ ਕਈ ਥਾਵਾਂ ਹਨ, ਜਿਨ੍ਹਾਂ ਵਿੱਚੋਂ ਕੰਪਨੀ ਬਾਗ ਇੱਕ ਹੈ। ਵੇਖਣ ਵਿੱਚ ਆਉਂਦਾ ਹੈ ਕਿ ਲੋਕਲ ਅਤੇ ਟੂਰਿਸਟ ਦੋਨੋਂ ਇੱਥੇ ਆਉਣਾ ਪਸੰਦ ਕਰਦੇ ਹਨ। ਤਕਰੀਬਨ 84 acres ਥਾਂ ਨੂੰ ਬਾਉਂਡਰੀ ਵਾਲ ਨਾਲ ਘੇਰਿਆ ਗਿਆ ਅਤੇ ਲੋਕਾਂ ਦੇ ਵੇਖਣ ਅਤੇ ਇਸਤੇਮਾਲ ਲਈ ਬਹੁਤ ਕੁਝ ਹੈ। ਸਾਡੀ ਟੀਮ ਨੇ ਬਾਗ ਦੇ ਅੰਦਰ ਫੁਵਾਰਿਆਂ ਨੂੰ ਕਵਰ ਕੀਤਾ, ਜਿਸ ਦੀ ਦੇਖਰੇਖ ਨਗਰ ਨਿਗਮ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਗਈ ਹੈ, ਜਦਕਿ ਜ਼ਿਆਦਾਤਰ ਹਿੱਸੇ ਦੀ ਦੇਖਰੇਖ ਨਗਰ ਨਿਗਮ ਆਪ ਕਰਦਾ ਹੈ। ਦਿਨ ਵੇਲੇ ਬਾਗ ਦੇ ਅੰਦਰ ਰਸ਼ ਘੱਟ ਹੁੰਦਾ ਹੈ, ਪਰ ਸ਼ਾਮ ਵੇਲੇ ਬੱਚੇ, ਵੱਡੇ ਅਤੇ ਬਜ਼ੁਰਗ ਇਸ ਥਾਂ ਵੇਖੇ ਜਾਂਦੇ ਹਨ। ਸੋਹਣਾ ਅਤੇ ਮਨਮੋਹਕ ਨਜ਼ਾਰਾ ਹੁੰਦਾ ਹੈ ਜਦੋਂ ਫੁਵਾਰਿਆਂ ਦੇ ਨਾਲ ਲਾਈਟਾਂ ਅਤੇ ਸੰਗੀਤ ਚੱਲਦਾ ਹੈ। ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਰਲ ਕੇ ਇਸ ਥਾਂ ਦੇ ਰੱਖ ਰਖਾਵ ਵਿੱਚ ਸਹਿਯੋਗ ਦੇਈਏ ਅਤੇ ਕੂੜਾ ਨਾ ਸੁੱਟੀਏ। ਅਸੀਂ ਖੜ੍ਹੇ ਹਾਂ ਇਸ ਵੇਲੇ ਕੰਪਨੀ ਬਾਗ, ਜਿਹਨੂੰ ਕਿ ਮਹਾਰਾਜਾ ਰਣਜੀਤ ਸਿੰਘ ਗਾਰਡਨਸ ਵੀ ਕਿਹਾ ਜਾਂਦਾ ਹੈ।
ਮੇਰੇ ਪਿੱਛੇ ਤੁਸੀਂ ਵੇਖਦੇ ਪਏ ਫਾਊਂਟੇਨ ਚੱਲਦੇ ਪਏ ਹਨ ਔਰ ਬਹੁਤ ਹੀ ਵਧੀਆ ਨਜ਼ਾਰਾ ਹੈ ਸ਼ਾਮ ਨੂੰ ਹੁੰਦਾ ਹੈ ਕਿ ਉਹ ਇਹਨਾਂ ਫਾਊਂਟੇਨਸ ਦੇ ਨਾਲ ਰੈਗੂਲਰ ਮਿਊਜ਼ਿਕ ਚੱਲਦਾ ਹੈ ਔਰ ਲਾਈਟਸ ਵੀ ਹੁੰਦੀਆਂ ਨੇ ਡਾਂਸਿੰਗ ਫਾਊਂਟੇਨਸ ਹੈਗੇ ਆ ਸਟੈਪ ਬਾਈ ਸਟੈਪ ਚੱਲਦੇ ਹੈ ਔਰ ਵਧੀਆ ਨਜ਼ਾਰਾ ਦਿੰਦੇ ਨੇ ਲੋਕਾਂ ਨੂੰ ਜਿਹੜੇ ਕਿ ਇੱਥੇ ਬੈਠਦੇ ਹਨ ਮੇਨਟੇਨ ਕਰ ਰਹੀ ਹੈ ਕਾਰਪੋਰੇਸ਼ਨ ਇਸ ਜਗ੍ਹਾ ਨੂੰ ਔਰ ਉਮੀਦ ਕਰਾਂਗੇ ਮੇਨਟੇਨ ਰਹੇ ਕਿਉਂਕਿ ਸੀਜ਼ਨ ਗਰਮੀ ਦਾ ਹੈ ਔਰ ਗਰਮੀ ਦੇ ਵਿੱਚ ਪਾਣੀ ਦਾ ਸਹਾਰਾ ਚਾਹੀਦਾ ਹੁੰਦਾ ਹੈ ਬੱਚੇ ਵੀ ਇੱਥੇ ਹੁੰਦੇ ਹਨ ਵੱਡੇ ਵੀ ਇੱਥੇ ਬੈਠਦੇ ਹਨ ਦੁਪਹਿਰੇ ਘੱਟ ਹੁੰਦੇ ਨੇ ਲੋਕ ਕਿਉਂਕਿ ਜਿੱਥੇ ਛਾਂ ਹੋਵੇ ਉੱਥੇ ਬੈਠਣਾ ਪਸੰਦ ਕਰਦੇ ਹਨ ਬਟ ਬਾਅਦ ਵਿੱਚ ਸ਼ਾਮ ਨੂੰ ਜਿਹੜਾ ਰਸ਼ ਔਰ ਭੀੜ ਜਿਹੜੀ ਹੈਗੀ ਹੈ ਉਹ ਵੇਖਣ ਨੂੰ ਮਿਲਦੀ ਹੈ ਵਧੀਆ ਉਪਰਾਲਾ ਕੰਪਨੀ ਵਿਭਾਗ ਦਾ ਚਲਾਉਂਦਾ ਕਾਰਪੋਰੇਸ਼ਨ ਦਾ ਇਹ ਹੈਗਾ ਕਿ ਵੀ ਇਹ ਇੱਕੋ ਹੀ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਹੈਗੀ ਹੈ ਜਿਹੜੀ ਕਿ ਮਸ਼ਹੂਰ ਹੈ ਔਰ ਤਕਰੀਬਨ ਸੈਂਟਰਲ ਹੋਣ ਕਰਕੇ ਇਹਦੇ ਵਿੱਚ ਆਵਾਜਾਈ ਵੀ ਜ਼ਿਆਦਾ ਹੈ ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ ਤੇ ਐਕਸ਼ਨ ਲੈਂਦਿਆਂ ਪੰਜਾਬ ਰਾਜਪਾਲ ਅਧਿਕਾਰ ਰੱਖਿਆ ਕਮਿਸ਼ਨ ਡਾਇਰੈਕਟਰ ਸੈਕੰਡਰੀ ਐਜੂਕੇਸ਼ਨ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਬਲਾਕ ਰਈਆ ਦੇ 9 ਸੂਚੀਬੱਧ ਕੀਤੇ ਸਕੂਲਾਂ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਨਿੱਜੀ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਣ ਲਈ ਸਖ਼ਤ ਹਿਦਾਇਤ ਜਾਰੀ ਕੀਤੀ ਹੈ ਜਿਸ ਸੰਬੰਧੀ ਸਤਨਾਮ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੱਤੀ ਗਈ ਚੈਨਲ ਦੇ ਮਾਧਿਅਮ ਰਾਹੀਂ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਪੰਜਾਬ ਗੌਰਮੈਂਟ ਨੂੰ ਅਪੀਲ ਕਰਦਾ ਇਸ ਜਿਹੜੇ ਆ ਅਕਾਦਮਿਕ ਦਾਖਲੇ ਦੇ ਸੈਸ਼ਨ ਦੇ ਵਿੱਚ ਉਹ ਤੋਂ ਪਹਿਲਾਂ ਉਕਤ ਸਕੂਲ ਸੂਚੀਬੱਧ ਕੀਤੇ ਗਏ ਸਕੂਲਾਂ ਨੂੰ ਜਿਹੜੀ ਬਿਲਕੁਲ ਉਹਨਾਂ ਦੇ ਪੋਰਟਲ ਬੰਦ ਕਰਕੇ ਰਿਕਾਰਡ ਜ਼ਬਤ ਕਰਕੇ ਉਹਨਾਂ ਨੂੰ ਜਿਹੜਾ ਵਾ ਅੰਡਰ ਇਗਜ਼ਾਮ ਕੀਤਾ ਜਾਵੇ ਪ੍ਰੋਸਪੈਕਟ ਔਰ ਸਭੀ ਘੋਸ਼ਣਾ ਪੱਤਰ ਜਿਹੜਾ ਵਾ ਤਫਤੀਸ਼ ਕਰਕੇ ਜੋ ਨਸੈਸਰੀ ਕਾਰਵਾਈ ਬਣਦੀ ਆ ਉਹਨਾਂ ਦੇ ਖਿਲਾਫ਼ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਮਾਪਿਆਂ ਨੂੰ ਇਨਸਾਫ਼ ਮਿਲ ਸਕੇ ਔਰ ਮੇਰੀ ਸ਼ਿਕਾਇਤ ਦਾ ਨਿਪਟਾਰਾ ਜਿਹੜਾ ਕਾਨੂੰਨ ਅਨੁਸਾਰ ਹੋ ਸਕੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਥਾਣਾ ਮਜੀਠਾ ਦੇ ਅਧੀਨ ਪੈਂਦੇ ਪੁਲਿਸ ਚੌਂਕੀ ਪੰਗਾਲੀ ਕਲਾਂ ਦੇ ਇੰਚਾਰਜ ASI ਹਰਵੰਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਅੱਡਾ ਥਰੀਏਵਾਲ ਵਿਖੇ ਸੰਗਤਾਂ ਦੇ ਛਕਣ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਥਾਣਾ ਮਜੀਠਾ ਦੇ ਮੁਖੀ ਸਬ ਇੰਸਪੈਕਟਰ ਹਰਚੰਦ ਸਿੰਘ ਨੇ ਜਾਣਕਾਰੀ ਦਿੱਤੀ ਅਸੀਂ ਵੀ ਖੁਸ਼ਕਿਸਮਤ ਆ ਕਿ ਸਾਡੀ ਚੌਂਕੀ ਪੰਗਾਲੀ ਦੇ ਸਟਾਫ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਆ ਇਹ ਆਮ ਲੋਕਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਨ ਵਾਸਤੇ ਬੜਾ ਵਧੀਆ ਉਪਰਾਲਾ ਵਾ ਅੱਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਂਦਿਆਂ ਹੋਇਆਂ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਉਹਨਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਨੇ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲਾਉਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ PSPCL PSTCL ਪੈਨਸ਼ਨਰ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਮੰਡਲ ਪ੍ਰਧਾਨ ਰਾਮ ਲੁਭਾਇਆ ਮਜੀਠਾ ਦੀ ਅਗਵਾਈ ਹੇਠ ਮਜੀਠਾ ਬਿਜਲੀ ਦਫ਼ਤਰ ਕੰਪਲੈਕਸ ਵਿਖੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕਈ ਵਾਰ ਜਥੇਬੰਦੀ ਨਾਲ ਮੀਟਿੰਗਾਂ ਕੀਤੀਆਂ ਪਰ ਉਹਨਾਂ ਦੀਆਂ ਮੰਗਾਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦਾ ਡਿਵੈਲਪਮੈਂਟ ਫੰਡ ਦਾ 200 ਰੁਪਏ ਜਬਰੀ ਨਾ ਕੱਟਿਆ ਜਾਵੇ ਬਣਦੇ ਬਕਾਏ ਪੈਨਸ਼ਨਰਾਂ ਨੂੰ ਦਿੱਤੇ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਨਵੀਂ ਅਤੇ ਪੱਕੀ ਭਰਤੀ ਦਾ ਪ੍ਰਬੰਧ ਕੀਤਾ ਜਾਵੇ ਕੈਸ਼ਲੈਸ ਟ੍ਰੀਟਮੈਂਟ ਸਕੀਮ ਬਹਾਲ ਕੀਤੀ ਜਾਵੇ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਖਹਿਰਾ ਸਕੱਤਰ ਜੋਗਿੰਦਰ ਸਿੰਘ ਸੋਹੀ ਜਗੀਰ ਸਿੰਘ ਸੋਹੀ ਸਮੇਤ ਸਮੂਹ ਜਥੇਬੰਦੀ ਦੇ ਆਗੂ ਮੌਜੂਦ ਸਨ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਅਨੇਕਾਂ ਹੀ ਚੰਡੀਗੜ੍ਹ ਅਤੇ ਪਟਿਆਲੇ ਅਤੇ ਜ਼ਿਲ੍ਹਾ ਪੱਧਰ 'ਤੇ ਧਰਨੇ ਮੁਜ਼ਾਹਰੇ ਕਰ ਚੁੱਕੇ ਹਾਂ ਅਤੇ ਅਸੀਂ ਆਪਣੀਆਂ ਮੰਗਾਂ ਨੂੰ ਹੱਲ ਕਰਾਉਣ ਵਾਸਤੇ ਅਨੇਕਾਂ ਮੰਗ ਪੱਤਰ ਦਿੱਤੇ ਆ। ਸਰਕਾਰ ਨੇ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਨਹੀਂ, ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ। ਅਸੀਂ ਭਗਵੰਤ ਮਾਨ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡਾ 200 ਰੁਪਈਆ ਡਿਵੈਲਪਮੈਂਟ ਫੰਡ ਜਿਹੜਾ ਜਬਰੀ ਧੱਕੇ ਨਾਲ ਕੱਟਿਆ ਜਾ ਰਿਹਾ, ਉਹ ਡਿਵੈਲਪਮੈਂਟ ਫੰਡ 200 ਰੁਪਈਆ ਕੱਟਣਾ ਬੰਦ ਕੀਤਾ ਜਾਵੇ। 1/1/16 ਤੋਂ 31/12/21 ਤੱਕ ਰਿਵਾਈਜ਼ PPO ਕਰਕੇ ਸਾਡੇ ਬਣਦੇ ਬਕਾਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੇ ਜਾਣ। ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਸ਼ਤਾਬਦੀ ਦਿਵਸ ਦੇ ਮੌਕੇ 'ਤੇ 8 ਜੂਨ ਤੋਂ 16 ਜੂਨ ਤੱਕ ਸ਼ਾਮ 5 ਤੋਂ 9:30 ਤੱਕ ਵੱਖ ਵੱਖ ਭਜਨ ਜਥਿਆਂ ਵੱਲੋਂ ਹਰੀਨਾਮ ਸਤਿਕੀਰਤਨ ਕੀਤਾ ਜਾ ਰਿਹਾ ਹੈ। 11 ਜੂਨ ਨੂੰ ਪਰਮ ਪੂਜੇ ਸ਼੍ਰੀ ਰਵੀ ਨੰਦਨ ਸ਼ਾਸਤਰੀ ਜੀ ਵਰਿੰਦਾਵਨ ਵਾਲਿਆਂ ਵੱਲੋਂ ਹਰੀਨਾਮ ਸਤਿਕੀਰਤਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਣ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਹਨਾਂ ਰਾਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਕੰਸਟਰਕਸ਼ਨ ਲੇਬਰ ਯੂਨੀਅਨ ਕਿਉ ਮੰਡੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਠੇਕੇਦਾਰਾਂ ਦੇ ਸਹਿਯੋਗ ਨਾਲ ਛਬੀਲ ਲਗਾਈ ਗਈ। ਇਸ ਮੌਕੇ ਦਵਿੰਦਰ ਸਿੰਘ, ਚੇਅਰਮੈਨ ਕੁਲਜੀਤ ਸਿੰਘ, ਰਸ਼ਪਾਲ ਸਿੰਘ ਕਲਸੀ, ਦਿਆਲ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਸਮੇਤ ਲੋਕ ਮੌਜੂਦ ਸਨ। ਸ਼੍ਰੀ ਦੁਰਗਿਆਣਾ ਤੀਰਥ ਦੀ ਸ਼ਤਾਬਦੀ ਨੂੰ ਸਮਰਪਿਤ ਪ੍ਰਭਾਤ ਫੇਰੀਆਂ 28 ਮਈ ਤੋਂ 12 ਜੂਨ ਤੱਕ ਕੱਢੀਆਂ ਜਾ ਰਹੀਆਂ ਹਨ, ਜੋ ਕਿ ਸ਼ਿਵਾਲਾ ਗਲੀ ਸ਼ੱਜੂ ਮਿਸ਼ਰਾ ਤੋਂ ਹੋ ਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼੍ਰੀ ਸਰਸਵਤੀ ਮੰਦਿਰ ਟੈਲੀਫੋਨ ਐਕਸਚੇਂਜ ਵਿਖੇ ਸਮਾਪਤ ਹੋਈ। ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ, ਸੰਜੀਵ ਖੰਨਾ, ਕਪਿਲ ਮਹਿਰਾ ਸਮੇਤ ਸੰਗਤਾਂ ਮੌਜੂਦ ਸਨ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਪਲਾਹ ਸਾਹਿਬ ਵਿਖੇ ਲਗਾਈ ਗਈ ਛਬੀ। ਟ੍ਰੈਫਿਕ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦਿਆਂ ਕੱਟੇ ਗਏ ਚਲਾਨ। ਗੋਲਡਨ ਗੇਟ ਦੀ ਹਾਲਤ
ਰੱਖ ਰਖਾਵ ਨਾ ਹੋਣ ਕਾਰਨ ਹੋ ਰਹੀ ਬਦ ਤੋਂ ਬਦਤਰ। ਇਹ ਸਨ ਅੱਜ ਦੀਆਂ ਖ਼ਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।